वाहेगुरु जी का खालसा वाहेगुरु जी की फतेह। माया मोह बंद प्रभु की माया मोह
वाहेगुरु वाहेगुरु श्री साभिद तुम हर जानो आपे हम रुलते गुर संग किरे हम थापे तन 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 गुर ना तन गुरु नानक जन केरा जित मिलिए चुके सब सो संतापे मेरे प्रीत मां जीवा ना
नाम अमोल रतन निर्मल नाम दृढ़ाए
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੰਗਰ ਛਕਣ ਗਈ ਹੋਈ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਜਲਦੀ ਤੋਂ ਜਲਦੀ ਆ ਕੇ ਪੰਡਾਲ ਦੀ ਮਹਿਮਾ ਵਧਾਓ, ਕਿਉਂਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਜ਼ਰੂਰੀ ਅੱਛੇ ਵਿਚਾਰ ਸੁਣਨ ਨੂੰ ਮਿਲਣ ਜਾ ਰਹੇ ਨੇ। ਇੱਕ ਦੋ ਮਿੰਟ ਤੁਹਾਡੇ ਮੈਂ ਇਸ ਗੱਲ 'ਤੇ ਲੈਣੇ ਨੇ, ਕਿਰਪਾ ਕਰਕੇ ਜਿਹੜੇ ਸਾਡੇ ਪ੍ਰੋਗਰਾਮ ਦਾ ਨਾਂ ਹੈ ਉਹਦੇ ਬਾਬਤ ਤੁਸੀਂ ਸਾਰਿਆਂ ਨੇ ਆਪਣੇ ਮੁਖਾਰਬਿੰਦ ਤੋਂ ਬੋਲਣਾ ਹੈ। ਅਸੀਂ ਆਮ ਵਿਆਹਾਂ ਵੇਲੇ ਮਿਲਣੀ ਤੋਂ ਪਹਿਲਾਂ ਇਹ ਸ਼ਬਦ ਬੋਲਦੇ ਹਾਂ, ਹਮ ਘਰ ਸਾਜਨ ਆਏ, ਅੱਗੇ ਕੀ ਹੈ। ਹਾਂ, ਇਸੇ ਟੋਪਿਕ 'ਤੇ ਸਿਰਫ ਮੈਂ ਤੁਹਾਡੇ ਕੋਲ ਦੋ ਮਿੰਟ ਲੈਣੇ ਨੇ। ਅਸੀਂ ਸਾਰੇ ਸਾਚੇ ਮੇਲ ਮਿਲਾਏ ਕਹਿੰਦੇ ਹਾਂ। ਜਰਾ ਮੇਰੇ ਪਿੱਛੇ ਤਿੰਨ ਜਗ੍ਹਾ ਲਿਖਿਆ ਹੋਇਆ, ਇਹ ਲਾਮ ਹੈ ਕਿ ਦੁਲਾਮ ਹੈ, ਇਹਨੂੰ ਪੜ੍ਹਨ ਦੀ ਕੋਸ਼ਿਸ਼ ਕਰਨੀ। ਸਾਚੈ ਸਾਚੇ ਅਤੇ ਸਾਚੈ, ਇਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ। ਮੈਂ ਮਹਿਸੂਸ ਕਰਦਾ ਵੀ ਸਾਡੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਗੁਰਬਾਣੀ ਦੀ ਸੰਥਿਆ, ਉਹਨਾਂ ਦੇ ਸਟੀਕ, ਉਹਨਾਂ ਦੇ ਮਤਲਬ ਸਾਨੂੰ ਪਤਾ ਹੋਣੇ ਚਾਹੀਦੇ ਨੇ, ਤਾਂ ਕਿ ਸਾਨੂੰ ਗੁਰੂ ਸਾਹਿਬਾਨ ਦਾ ਅਸਲ ਮਨਸ਼ਾ, ਜੋ ਕਹਿਣਾ ਚਾਹੁੰਦੇ ਨੇ, ਸਾਨੂੰ ਪਤਾ ਹੋਵੇ। ਹੁਣ ਅਸੀਂ ਡਿਸਕਸ ਕਰਾਂਗੇ, ਸਿਰਫ ਦੋ ਮਿੰਟ ਲੈਣੇ ਨੇ ਮੇਰੇ ਉੱਤੇ, ਕਿਉਂਕਿ ਮੇਰੇ ਤੋਂ ਬਾਅਦ ਬੜੇ ਅੱਛੇ ਵਿਦਵਾਨ ਇੱਥੇ ਤੁਹਾਡੇ ਬੈਠੇ ਹੋਏ ਨੇ, ਉਹ ਤੁਹਾਨੂੰ ਆਪਣੇ ਵਿਚਾਰ ਨਾਲ ਸਾਂਝੇ ਕਰਨਗੇ। ਸਾਚੈ, ਸਾਚੈ ਦਾ ਮਤਲਬ ਹੈ ਉਸ ਸੱਚੇ ਨੇ। ਅਸੀਂ ਲੈਣਾ ਸਾਚੇ ਮਿਲ ਮਿਲਾਏ, ਜਿਹੜੇ ਮਿਲ ਮਿਲੇ ਸੱਚੇ ਨੇ ਨਹੀਂ। ਹਮ ਘਰ ਸਾਜਨ ਆਏ, ਘਰ ਕਿਹੜਾ? ਤੁਹਾਡਾ ਸਰੀਰ। ਸਾਜਨ ਕਿਹੜੇ ਨੇ? ਗੁਰਮੁਖ ਪਿਆਰੇ ਜਿਹੜੇ ਰੱਬ ਨਾਲ ਮਿਲੇ ਹੋਏ ਨੇ, ਹਰ ਸੋ ਲੈਣ ਮਿਲਾਏ, ਉਹ ਸਾਜਨ ਨੇ। ਸੋ ਸਿੱਖ ਸਖਾ ਬੰਦਾ ਪਿਆ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਮਿੱਤਰ ਸਾਡੇ ਸਹੀ ਨੇ ਜਿਹੜੇ ਹਰ ਸੋ ਲੈਣ ਜੋੜ ਨੇ, ਹਰ ਸੋ ਲੈਣ ਮਿਲਾਏ ਨੇ, ਅਤੇ ਉਹ ਮਿਲਾਏ ਸਾਨੂੰ ਸਾਚੇ ਅਕਾਲ ਪੁਰਖ ਨੇ ਨੇ। ਹੁਣ ਅਸੀਂ ਗੁਸਾਖੀ ਮਾਫ ਮਿਲਣੀ ਦੇ ਵਿੱਚ ਕੁਛ ਦੋ ਚਾਰ ਪੈਗ ਲੈ ਕੇ ਵੀ ਆਏ ਹੁੰਦੇ ਨੇ, ਖੜ੍ਹਾ ਹੋਇਆ ਨਹੀਂ ਜਾਂਦਾ, ਅਤੇ ਭਾਈ ਸਾਹਿਬ ਸ਼ਬਦ ਬੋਲ ਰਹੇ ਹੁੰਦੇ ਨੇ, ਹਮ ਘਰ ਸਾਜਨ ਆਏ, ਸਾਚੇ ਮੇਲ ਮਿਲਾਏ। ਤੋ ਬਸ ਇਸ 'ਤੇ ਵਿਚਾਰ ਕਰਨੀ ਵੀ ਗੁਰਬਾਣੀ ਦੇ ਸਟੀਕ ਅਸੀਂ ਸਾਰਿਆਂ ਨੇ ਸਮਝਣੇ ਨੇ, ਬਾਣੀ ਸਮਝਣੀ ਹੈ। ਹੁਣ ਸਿਰਫ 10 ਮਿੰਟ ਦੇ ਲਈ ਸਰਦਾਰ ਤਜਿੰਦਰ ਸਿੰਘ ਜੀ ਗੋਇਆ, ਜੋ ਕਿ ਸਿੱਖ ਧਰਮ ਦੇ ਇੱਕ ਉੱਭਰਦੇ ਹੋਏ ਇਤਿਹਾਸਕਾਰ ਨੇ, ਬਾਏ ਪ੍ਰੋਫੈਸ਼ਨ ਨਹੀਂ, ਬਾਏ ਪੈਸ਼ਨ, ਉਹ ਤੁਹਾਨੂੰ ਬਹੁਤ ਹੀ ਜ਼ਰੂਰੀ ਮੁੱਦੇ ਉੱਤੇ ਚੰਦ ਮਿੰਟਾਂ ਵਿੱਚ ਹੀ
अपने विचार पेश करनगे। उन्हां दा मुद्दा है जनरेशन गैप, पुरातन ते हुण दा कल्चर च की फर्क है, विचारां च की फर्क है, असीं वखरे क्यों हो रहे हैं। तो मेरी बेनती है, अरजोई है सरदार तजिंदर सिंह जी गोया जी नूं सिर्फ 10 मिनट लिए अपने विचार दे के संगत नूं। कई जुग तेने तन ताया, किन्नी तेरा अंत ना पाया, किन्नी तेरा अंत ना पाया, किन्नी तेरा अंत ना पाया, किन्नी तेरा अंत ना पाया। बड़े 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 मुन देवते, कई जुग तिने तन ताया, कई जुग तिने तन ताया, किन्नी तेरा अंत ना पाया, किन्नी तेरा अंत ना पाया, किन्नी तेरा अंत ना पाया, अंत न पाया। ठंडा पिथ में साज के जिन सबसे सारे पाया, ठंडा पिथ में साज के जिन सबसे सारे ब्रह्मा विष्ण महेश सार कुदरत दा खेल रचाए बनाया, ब्रह्मा विष्ण महेश सार कुदरत दा खेल रचाए बनाया। बड़े बड़े मुन देवते, बड़े बड़े कई जुग तिने तन ताया, कई जुग तिने तन ताया, किन्नी तेरा अंत ना पाया, 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 किन्नी तेरा अंत ना पाया। सिंध पर्वत मेदनी बिन थम्मा गगन रहाया, सिंध पर्वत मेदनी बिन थम्मा गगन रहाया, सिर जे दानो देवते तिन अंदर बाद रचाया, सिर दानो देवते तिन अंदर बाद रचाया। बड़े बड़े मुन देवते, बड़े बड़े मुन देवते, कई जुग तिने तन ताया, कई जुग तिने तन ताया, किन्नी तेरा अंत ना पाया, किन्नी तेरा अंत ना पाया।
बड़े बड़े मुन देव दे, बड़े बड़े मुन देव दे, कई जुग तिने तन ताया, कई जुग तिने तन ताया, बड़े बड़े मुन देव दे, बड़े बड़े मुन देव दे, कई जुग तिने तन ताया, कई जुग तिने तन ताया, किन्नी तेरा अंत ना पाया, किन्नी तेरा अंत ना पाया, किन्नी जी शब्द राही निहाल करनगे उन्हां तों बाद मेरे वीर बैठे ने स्टेज दे पिछे ओ आप जी नूं माइक अगे ले लो
कुर्बान तेरे नाम नो
ਕੁਰਬਾਨ।